ਪੰਜਾਬ ਸਰਕਾਰ ਸਰਕਾਰੀ ਸਕੂਲਾਂ ਨੂੰ ਸੁੰਦਰ ਬਣਾਉਣ ਦੇ ਵੱਡੇ ਵੱਡੇ ਦਾਅਵੇ ਕਰਦੀ ਨਜ਼ਰ ਆ ਰਹੀ ਹੈ, ਪਰ ਹਕੀਕਤ ਇਸ ਦੇ ਉਲਟ ਹੈ। ਦਰਅਸਲ ਕਈ ਸਕੂਲਾਂ ਦੀਆਂ ਇਮਾਰਤਾਂ ਇੰਨੀਆਂ ਖਰਾਬ ਹਨ ਕਿ ਉਹਨਾਂ ਥੱਲੇ ਬੈਠਣਾ ਵੀ ਖਤਰੇ ਤੋਂ ਖਾਲੀ ਨਹੀਂ ਹੈ। ਅਜਿਹਾ ਇੱਕ ਮਾਮਲਾ ਪਠਾਨਕੋਟ ਦੇ ਪਿੰਡ ਕਾਹਨਪੁਰ ਵਿਖੇ ਦੇਖਣ ਨੂੰ ਮਿਲਿਆ। ਦਰਅਸਲ ਇੱਥੇ ਚੱਲ ਰਹੇ ਬਲਾਕ ਪ੍ਰਾਇਮਰੀ ਸਕੂਲ ਦੇ ਦਫ਼ਤਰ ਦੀ ਬਿਲਡਿੰਗ ਇੰਨੀ ਖਰਾਬ ਹੈ ਕਿ ਇਹ ਕਦੇ ਵੀ ਡਿੱਗ ਸਕਦੀ ਹੈ। ਇਸ ਵਿੱਚ ਬੈਠਣ ਵਾਲੇ ਕਦੇ ਵੀ ਹਾਦਸੇ ਦਾ ਸ਼ਿਕਾਰ ਹੋ ਸਕਦੇ ਨੇ। 2004 ਵਿੱਚ ਇਸ ਇਮਾਰਤ ਦਾ ਨੀਂਹ ਪੱਥਰ ਉਦੋਂ ਦੇ ਕੈਬਨਿਟ ਮੰਤਰੀ ਰਘੂਨਾਥ ਸਹਾਏ ਪੁਰੀ ਵੱਲੋਂ ਰੱਖਿਆ ਗਿਆ। ਉਦੋਂ ਤੋਂ ਲੈ ਕੇ ਹੁਣ ਤੱਕ ਇਸ ਇਮਾਰਤ ਦੀ ਮੁਰੰਮਤ ਤੱਕ ਨਹੀਂ ਕੀਤੀ ਗਈ, ਜਿਸ ਕਾਰਨ ਇਹ ਖਸਤਾ ਹੁੰਦੀ ਗਈ। ਇੱਥੇ ਡਿਊਟੀ ਦੇ ਰਹੇ ਅਫਸਰ ਮੁਨੀਸ਼ ਨੇ ਕਿਹਾ ਕਿ ਇਸ ਬਿਲਡਿੰਗ ਦੀ ਹਾਲਤ ਖਸਤਾ ਹੈ, ਜਿਸ ਕਰਕੇ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ। ਇਹਦੇ ਬਾਅਦ ਸਰ ਅਸੀਂ ਇਹ ਕਹਿ ਸਕਦੇ ਹਾਂ ਕਿ ਮੈਂ ਪਿਛਲੇ ਲਾਸਟ ਈਅਰ ਹੀ ਇੱਥੇ ਆਇਆ ਅਤੇ ਮੇਰੇ ਆਉਣ ਤੋਂ ਪਹਿਲਾਂ ਹੀ ਮਤਲਬ ਇਸ ਤਰ੍ਹਾਂ ਦੀ ਪ੍ਰੋਬਲਮ ਬਿਲਡਿੰਗ ਵਿੱਚ ਚੱਲ ਰਹੀ ਹੈ ਅਤੇ ਅਸੀਂ ਇਹ ਕਹਿੰਦੇ ਕਿ ਇਹਦੀ ਮੁਰੰਮਤ ਵਗੈਰਾ ਕੀਤੀ ਹੈ ਤਾਂ ਕਿ ਇਹਨੂੰ ਜੋ ਇਹ ਡਿੱਗ ਰਹੀ ਹੈ ਇਹਨੂੰ ਠੀਕ ਹਾਲਤ ਵਿੱਚ ਕੀਤਾ ਜਾਏ। ਇਹ ਕਹਿੰਦੇ ਬਾਰਿਸ਼ਾਂ ਜਦੋਂ ਬਰਸਾਤ ਵਗੈਰਾ ਹੁੰਦੀ ਹੈ ਉਦੋਂ ਅੰਦਰੋਂ ਲੀਕ ਕਰਦੀ ਹੈ ਪਾਣੀ, ਇਹਦਾ ਕਈ ਵਾਰੀ ਆ ਜਾਂਦਾ ਜਿਸ ਤਰ੍ਹਾਂ ਸਾਡੇ ਅੰਦਰ ਇੰਸਟਰੂਮੈਂਟ ਪੱਖੇ ਵਗੈਰਾ ਜਾਂ ਬਿਜਲੀ ਦਾ ਸਮਾਨ ਲੱਗਾ ਆ ਉਹ ਵੀ ਕਈ ਵਾਰੀ ਪ੍ਰਭਾਵਿਤ ਹੁੰਦਾ ਇਹਨਾਂ ਦਾ। ਅਸੀਂ ਸਰ ਸਾਡੇ ਜਿਹੜੇ ਆਫਿਸਰ ਸਾਹਿਬਾਨ ਆ ਮਾਨਯੋਗ BPO ਸਾਹਿਬ ਅਸੀਂ ਤਾਂ ਉਹਨਾਂ ਨੂੰ ਹੀ ਬੇਨਤੀ ਕਰਨੀ ਹੈ ਜੀ ਕਿ ਇਹਨਾਂ ਦਾ ਕੋਈ ਸੁਧਾਰ ਕੀਤਾ ਜਾਵੇ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਵੱਲੋਂ ਇਸ ਇਮਾਰਤ ਨੂੰ ਕਦੋਂ ਸਹੀ ਕਰਵਾਇਆ ਜਾਂਦਾ ਹੈ, ਨਹੀਂ ਤਾਂ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਪਠਾਨਕੋਟ ਤੋਂ ਗੁਰਪ੍ਰੀਤ ਸਿੰਘ ਮਹਿਤਾ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੈਂਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ ਅੱਜ ਹੀ ਕੰਟੈਕਟ ਕਰੋ 9563 9563।